ਆ ਦੋਸਤੋ ਮੈਂ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ ਕਰੀਏ ਤੁਹਾਡੇ ਨਾਲ ਵਿਚਾਰਾਂ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਰਿਆਰ ਸਾਹਿਬ ਮੈਂ ਬੋਲ ਰਿਹਾ ਜੀ ਹਾਂਜੀ ਰਿਆਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੀ ਸ਼ਖਸੀਅਤ ਨੂੰ ਲੈ ਕੇ ਆਇਓ ਮਿਹਰਬਾਨੀ ਭਾਜੀ ਸਰਦਾਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਤੇ ਮੈਂ ਸਲੂਟ ਕਰਨਾ ਦੈਟਸ ਇਟ ਮਿਹਰਬਾਨੀ ਮਿਹਰਬਾਨੀ ਹੈਲੋ ਹੈਲੋ ਰਿਆਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਮੈਂ ਰਿਆਰ ਸਾਹਿਬ ਜਗਪਾਲ ਸਿੰਘ ਬੋਲਦਾ ਜੀ ਜੀ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਭਾਈ ਜਸਵਿੰਦਰ ਸਿੰਘ ਹੁਣਾਂ ਨੂੰ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਭਾਈ ਸਾਹਿਬ ਜੀ ਤੁਸੀਂ ਆਪਣਾ ਮਨ ਨਾ ਭਰੋ ਦੇਖੋ ਦੁਨੀਆ ਤੋਂ ਆਪਾਂ ਸਾਰਿਆਂ ਨੇ ਚੱਲ ਜਾਣਾ ਤੁਹਾਡੇ ਫਾਦਰ ਤੋਂ ਸਾਹਿਬ ਲੱਖਾਂ ਕਰੋੜਾਂ ਲੋਕ ਦੁਨੀਆ ਤੋਂ ਚੱਲ ਗਏ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਪਰ ਤੁਹਾਡੇ ਫਾਦਰ ਸਾਹਿਬ ਨੂੰ ਜਿੰਨੀ ਦੇਰ ਤੱਕ ਇਸ ਦੁਨੀਆ ਤੇ ਲੋਕ ਰਹਿਣਗੇ ਤੁਹਾਡੇ ਫਾਦਰ ਸਾਹਿਬ ਨੂੰ ਉਨੀ ਦੇਰ ਤੱਕ ਦੁਨੀਆ ਯਾਦ ਕਰਦੀ ਆਊਗੀ ਮੇਰੇ ਖਿਆਲ ਅਨੁਸਾਰ ਕੌਮ ਦੀ ਸੇਵਾ ਜੀ ਇੱਦਾਂ ਦੀ ਕੌਮ ਜਿਹੜੀ ਸੇਵਾ ਆ ਨਾ ਜਿਹਨੇ ਜਿਹੜਾ ਬਹੁਤ ਵਾਹਿਗੁਰੂ ਦੇ ਪਰਮਾਤਮਾ ਦੇ ਕਲੋਤ ਹੋਗਾ ਜੀ ਉਹਨਾਂ ਨੂੰ ਮਿਲ ਸਕਦੀ ਆ ਮੈਂ ਇਹ ਗਰੰਟੀ ਨਾਲ ਕਹਿੰਦਾ ਇਹ ਜਿਹੜੀ ਸੇਵਾ ਆ ਦਸ ਪਿਤਾ ਨੇ ਤੁਹਾਡੇ ਫਾਦਰ ਸਾਹਿਬ ਤੋਂ ਆਪ ਲਵਾਈ ਆ ਨਹੀਂ ਤਾਂ ਜੀ ਬੜੇ ਬੜੇ ਬਹਾਦਰ ਲੋਕ ਆ ਮੈਂ ਦੇਖੇ ਜੀ ਮੌਕੇ ਤੇ ਆ ਕੇ ਡੋਲ ਜਾਂਦੇ ਆ ਤੇ ਕਿਉਂਕਿ ਇਹ ਦੇਖੋ ਜੀ ਇਹ ਜਿਹੜੀ ਬਹੁਤੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਇਨਸਾਨ ਦੇ ਹੱਥ ਚ ਨਹੀਂ ਹੁੰਦੀਆਂ ਜੀ ਜੀ ਆਪਾਂ ਕੀ ਹੈ ਨਾ ਸਾਡੇ ਕੰਟਰੋਲ ਚ ਕੁਛ ਨੀ ਹੁੰਦਾ ਸਾਰਾ ਕੁਛ ਫਿਰ ਹੁਣ ਜਿਹਨਾਂ ਨੇ ਇਹ ਕੰਮ ਕੀਤਾ ਸੀਗਾ ਫਿਰ ਉਹਨਾਂ ਨੂੰ ਉਹਨਾਂ ਦੀ ਸਜ਼ਾ ਤਾਂ ਫਿਰ ਪ੍ਰਮਾਤਮਾ ਨੇ ਦੇਣੀ ਸੀਗੀ ਵਾਹਿਗੁਰੂ ਨੇ ਦੇਣੀ ਸੀਗੀ ਇਸ ਕਰਕੇ ਦੇਖੋ ਜੀ ਅਸੀਂ ਤੁਹਾਡੇ ਪਰਿਵਾਰ ਦਾ ਸਾਰਾ ਸਿੱਖ ਜਗਤ ਹਮੇਸ਼ਾ ਰਿਣੀ ਅਸੀਂ ਮਤਲਬ ਬਹੁਤ ਕਰਮਾਂ ਵਾਲੇ ਅਸੀਂ ਅੱਜ ਤੁਹਾਡੇ ਦਰਸ਼ਨ ਕੀਤੇ ਆ ਪਰ ਜਿਹੜੀ ਇਹ ਤੁਹਾਡੇ ਫਾਦਰ ਸਾਹਿਬ ਨੇ ਕੌਮ ਦੀ ਸੇਵਾ ਕੀਤੀ ਆ ਇਹ ਸਾਰੀ ਕਰੋੜਾਂ ਆਉਣ ਵਾਲੇ ਹਜ਼ਾਰਾਂ ਲੱਖ ਜਦੋਂ ਤੱਕ ਦੁਨੀਆ ਰਹੂਗੀ ਕਰੋੜਾਂ ਸਾਲ ਤੱਕ ਦੁਨੀਆ ਤੁਹਾਡੇ ਫਾਦਰ ਸਾਹਿਬ ਨੂੰ ਯਾਦ ਕਰਦੀ ਰਹੂਗੀ ਬਾਕੀ ਭਾਈ ਸਾਹਿਬ ਮੈਂ ਥੋੜ੍ਹਾ ਜਿਹਾ ਹੋਰ ਇੱਥੇ ਨੂੰ ਐਡ ਕਰਨ ਮੰਗਦਾ ਜਿਹੜੀਆਂ ਤੁਹਾਨੂੰ ਤੰਗੀਆਂ ਤਰਛੇ ਆਈਆਂ 84 ਤੋਂ ਬਾਅਦ ਜਿੰਨੀ ਵੀ ਸਾਰੀ ਲੈ ਰਿਹਾ ਉਹ ਹਾਈਜੈਕ ਹੋ ਗਏ ਜੀ ਗੌਰਮੈਂਟ ਦੇ ਬੰਦੇ ਆ ਕੇ ਮੋਹਰੇ ਖੜ ਗਏ ਜਿਹਨਾਂ ਦੀ ਤੁਸੀਂ ਹੁਣ ਗੱਲ ਕਰਦੇ ਜੀ ਖਾਲਿਸਤਾਨ ਦੀ ਗੱਲ ਕਰਦਾ ਇਹ ਕੈਪਟਨ ਹੋਣੀ ਇਹ ਸਾਰੇ ਬਾਦਲਾਂ ਨੇ ਆਪਣੇ ਬੰਦੇ ਫਿੱਟ ਕਰਤੇ ਜੀ ਇਸ ਕਰਕੇ ਜਿਹੜੇ ਅਸਲੀ ਸਿੰਘ ਜਿਹਨਾਂ ਨੇ ਕੌਮ ਦੇ ਨਾਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜੀ ਉਹਨਾਂ ਪਬਲਿਕ ਨੇ ਕੌਮ ਨੇ ਤਾਂ ਹੈਲਪ ਭੇਜੀ ਹੈ ਜੀ ਪਰ ਜਿਹੜੇ ਬੰਦੇ ਮੋਹਰੇ ਬਹਿ ਗਏ ਇਹਨਾਂ ਨੇ ਤੁਹਾਡੇ ਅੱਗੇ ਪ੍ਰਵਾਨਾ ਤੱਕ ਨਹੀਂ ਜਾਣ ਦਿੱਤੀ ਜੀ ਇਸ ਕਰਕੇ ਉਹ ਮਾਫੀ ਮੰਗਦੇ ਸੀ ਸਾਡੇ ਕੋਲੋਂ ਪਰ ਬਾਕੀ ਕੌਮ ਸਾਰੀ ਕੌਮ ਤੁਹਾਡੇ ਪਰਿਵਾਰ ਦੇ ਨਾਲ ਹਮੇਸ਼ਾ ਹੀ ਖੜੀ ਰਹੂਗੀ ਜਦੋਂ ਵੀ ਭਾਈ ਸਾਹਿਬ ਤੁਹਾਨੂੰ ਕਿਸੇ ਵੀ ਸੇਵਾ ਦੀ ਲੋੜ ਹੋਈ ਤੇ ਸਾਨੂੰ ਜ਼ਰੂਰ ਦੱਸਣਾ ਅਸੀਂ ਜੀ ਜਾਣ ਕਰਕੇ ਆਪ ਦੀ ਸੇਵਾ ਕਰਾਂਗੇ ਮਿਹਰਬਾਨੀ ਜਨਾਬ ਜੀ ਮਿਹਰਬਾਨੀ ਮਿਹਰਬਾਨੀ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਸਤਿ ਸ਼੍ਰੀ ਅਕਾਲ ਭਾਈ ਕੈਨ ਆਈ ਟਾਕ ਟੂ ਲਾਈਵ ਵਿਦ ਮਿਸਟਰ ਰਿਆੜ ਹਾਂਜੀ 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 ਤੁਸੀਂ ਬਿਲਕੁਲ ਲਾਈਵ ਬੇਅੰਤ ਦਾ ਮੁੰਡਾ ਰਾਈ ਜੀ ਅਸੀਂ ਬਿਲਕੁਲ ਲਾਈਵ ਹੋ ਤੁਸੀਂ ਔਨ 에ਅਰ ਹੋ ਹਾਂਜੀ ਮੈਂ ਕੈਨ ਆਈ ਸਪੀਕ ਟੂ ਹਿਮ ਐਂਡ ਹਿਸ ਸਨ ਯੈਸ ਆਈ ਏਮ ਲਿਸਨਿੰਗ ਹੈਲੋ ਯੈਸ ਆਈ ਏਮ ਲਿਸਨਿੰਗ ਤੁਸੀਂ ਕਹੋ ਜੀ ਕੀ ਗੱਲ ਕਰਨੀ ਹੈ ਕਰੋ But because he's my relative, you know, he's close to my village. Okay. I've been here 36 years in here, USA, but I was a little, then he come to, his father come to our house. Okay. ਠੀਕ ਹੈ ਜੀ ਤੁਸੀਂ ਕਰੋ ਗੱਲ ਗੱਲ ਕਰ ਰਹੇ ਹੋ ਤੁਹਾਡੇ ਨਾਲ ਪਰ he's on the TV on the screen. ਹਾਂਜੀ ਤੁਸੀਂ ਆਪਣਾ TV ਦੀ ਆਵਾਜ਼ ਬੰਦ ਕਰੋ ਫਿਰ ਤੁਹਾਡੀ ਗੱਲ ਸਿੱਧੀ ਹੋਏਗੀ ਤੁਸੀਂ ਗੱਲ ਕਰੋ ਤੁਹਾਡੇ ਨਾਲ ਗੱਲ ਕਰ ਰਹੇ ਨੇ ਅੱਛਾ ਜੀ ਇੱਕ ਮਿੰਟ ਲਿਆ ਜੀ ਟੀਵੀ ਦੀ ਆਵਾਜ਼ ਕੱਟ ਕਰੋ ਹਾਂਜੀ 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 ਮਿਸਟਰ ਰਿਆੜ ਸਾਹਿਬ ਮੈਂ ਦਲਵਾਲ ਸਿੰਘ ਪੰਧੇਰ ਬੋਲ ਰਿਹਾ ਤੇ ਵਰਜੀਨੀਆ ਤੋਂ ਤੁਸੀਂ ਜਾਣਦੇ ਹੋ ਤੁਸੀਂ ਆਏ ਵੀ ਸਾਡੇ ਮੇਲੇ ਤੇ ਜੀ ਪੰਧੇਰ ਸਾਹਿਬ ਕਰੋ ਗੱਲ ਹਾਂਜੀ ਤੇ ਇਹਦੇ ਡੈਡੀ ਸਾਡੇ ਰਿਲੇਟਿਵ ਨੇ ਬਿਲਾਸਪੁਰ ਤੋਂ ਰਾਏ ਤੁਸੀਂ ਬਿਲਾਸਪੁਰ ਤੋਂ ਓਕੇ ਉਹ ਮਲੋਏ ਤੋਂ ਹੈ ਜੀ ਮੈਂ ਕਰਤਾਰ ਹੋਣੇ ਅਮਰੋਣਾ ਦਾ ਰਿਸ਼ਤੇਦਾਰ ਨਾ ਭਾਜੀ ਓਕੇ ਹਾਂਜੀ ਕਰਤਾਰ ਹੋਣੀ ਅਮਰ ਹੋਣੀ ਸਾਡੇ ਰਿਸ਼ਤੇਦਾਰ ਮੇਰੇ ਭੂਆ ਜੀ ਦੇ ਆਲ ਰਾਈਟ ਮੈਂ ਛੋਟਾ ਸੀਗਾ ਮੈਨੂੰ ਇੰਨਾ ਸਭ ਨੂੰ ਨਹੀਂ ਧਿਆਨ ਨਹੀਂ ਥੋੜੇ ਛੋਟੇ ਸੀ ਜੀ ਮਿਹਰਬਾਨੀ ਪੰਦੇਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਦੋਸਤੋ ਮੈਂ ਹੁਣ ਤੁਹਾਡੀਆਂ ਕਾਲਸ ਨਹੀਂ ਲਵਾਂਗਾ ਸਰ ਜਸਵਿੰਦਰ ਸਿੰਘ ਜੀ ਕੋਈ ਹੋਰ ਅਹਿਸਾਸ ਲੋਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਜ਼ਿੰਦਗੀ ਦੀ ਕੋਈ ਅਹਿਮ ਘਟਨਾ ਜਿਹੜੀ ਕਦੇ ਵੀ ਇਸ ਹੁਣ ਤੱਕ ਦੀ ਲਾਈਫ ਦੇ ਵਿੱਚ
ਉਹ ਘਟਨਾ ਜਿਹੜੀ ਯਾਦ ਕਰਕੇ ਕਈ ਵਾਰੀ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਨੇ। ਇਦਾਂ ਦੀ ਘਟਨਾ ਜਿਹੜੀ ਕਿ ਤੁਹਾਨੂੰ ਝੰਜੋੜ ਕੇ ਰੱਖ ਦਿੰਦੀ ਹੈ, ਇਦਾਂ ਦੀ ਘਟਨਾ ਕਿ ਜਿਹੜੀ ਤੁਹਾਨੂੰ ਹਲਾ ਕੇ ਰੱਖ ਦਿੰਦੀ ਹੈ, ਇਦਾਂ ਦੀ ਘਟਨਾ ਕਿ ਜਿਹੜੀ ਕਈ ਵਾਰ ਤੁਹਾਨੂੰ ਸੌਣ ਨਹੀਂ ਦਿੰਦੀ, ਜਿਹੜੀ ਤੁਹਾਨੂੰ ਬਿਜਲੀ ਵਾਂਗ ਜਿਹੜੀ ਆ ਉਹ ਪੈ ਜਾਂਦੀ ਹੈ, ਕੋਈ ਇਦਾਂ ਦੀ ਘਟਨਾ ਜਿਹੜੀ ਕਦੇ ਵੀ ਅੰਤਲੇ ਸਾਹਾਂ ਤੱਕ ਤੁਹਾਨੂੰ ਨਹੀਂ ਭੁੱਲੇਗੀ, ਲੋਕਾਂ ਨਾਲ ਸਾਂਝੀ ਕਰੋਗੇ ਜੀ? ਮੈਂ ਫਿਰ ਪਿੱਛੇ ਜਾਣਾ ਪਊਗਾ, ਮੈਂ ਤਾਂ ਨਹੀਂ ਮੈਂ ਦੱਸ ਸਕੂੰਗਾ ਕਿ ਨਹੀਂ ਦੱਸ ਸਕੂੰਗਾ ਜੀ। ਜਦ ਮੈਂ ਛੋਟਾ ਹੁੰਦਾ ਸੀਗਾ, ਮੈਨੂੰ ਪਤਾ ਨਹੀਂ ਮੈਂ ਛੋਟਾ ਹੁੰਦਾ ਸੀ, ਸਾਡੇ ਮਾਤਾ ਜੀ ਦਾ MP ਨਹੀਂ ਬਣੇ ਸੀ, ਅਤੇ ਉਹ ਗਵਾ ਅਸੀਂ ਜਿਵੇਂ ਸਾਡੇ ਘਰ ਦੇ ਨਾਲ ਹੀ ਮੇਰਾ ਸਕੂਲ ਹੁੰਦਾ ਸੀਗਾ, ਅਤੇ ਉੱਥੇ ਮੈਂ ਜਾਂਦਾ ਸੀ, ਜੋ ਮੈਂ ਦੇਖਦਾ ਸੀਗਾ, ਅਤੇ ਹੈ ਨਾ ਸਭ ਦੇ ਪੇਰੈਂਟਸ ਲੈਣ ਆਉਂਦੇ ਸੀਗੇ, ਅਤੇ ਮੈਂ ਮਾਤਾ ਜੀ ਨੂੰ ਕਿਹਾ, ਮੈਂ ਕਿਹਾ ਤੁਸੀਂ ਮੈਨੂੰ ਕਿਉਂ ਨਹੀਂ ਲੈਣ ਆਉਂਦੇ? ਅਤੇ ਫਿਰ ਅਗਲੇ ਦਿਨ ਮੇਰੇ ਮਾਤਾ ਜੀ ਆਏ, ਮੈਂ ਹੱਥਾਂ 'ਤੇ ਉਹ ਭਾਂਡੇ ਧੋ ਰਹੇ ਸੀਗੇ, ਹੈ ਨਾ ਭਾਂਡੇ ਧੋ ਰਹੇ ਸੀ ਹੱਥਾਂ 'ਤੇ ਉਹ ਕੋਲੇ ਨਾਲ, ਅਤੇ ਹੱਥ ਕਾਲੇ ਹੋਏ ਮੈਨੂੰ ਲੈਣ ਆਏ, ਹੈ ਨਾ ਮੈਨੂੰ ਉਹ ਘਟਨਾ ਨਹੀਂ ਭੁੱਲਦੇ, ਅਗਲੇ ਦਿਨ ਮੈਨੂੰ ਲੈਣ ਆਏ ਸੀ ਉਹ, ਅਤੇ ਉਹੀ ਹੈ ਹਾਂਜੀ, ਮੈਨੂੰ ਇਹ ਘਟਨਾ ਨਹੀਂ ਭੁੱਲਦੀ। ਮਾਤਾ ਜੀ ਨੂੰ ਮੈਂ ਕਿਹਾ ਤੁਸੀਂ ਲੈਣ ਕਿਉਂ, ਮੈਨੂੰ ਲੈਣ ਕਿਉਂ ਨਹੀਂ ਆਉਂਦੇ ਸਕੂਲੋਂ, ਬਾਕੀ ਬੱਚਿਆਂ ਦੇ ਪੇਰੈਂਟਸ ਇਸ ਕਰਕੇ ਵੀ ਕਾਲੇ ਹੱਥ ਵੀ ਕੋਲੇ ਨਾਲ ਉਹ ਧੋਂਦੇ ਨੇ ਭਾਂਡੇ? ਹਾਂ ਮੈਂ ਧੋ ਰਹੇ ਸੀਗੇ, ਮੈਂ ਧੋਂਦੇ ਧੋਂਦੇ ਉਹਨੇ ਦੇਖ ਲਿਆ ਖਿੜਕੀ 'ਚੋਂ ਮੈਂ ਆ ਰਿਹਾ, ਅਤੇ ਮੈਨੂੰ ਬਾਹਰ ਲੈਣ ਆ ਗਏ, ਹੈ ਨਾ। ਇੱਦਾਂ ਦੀਆਂ ਘਟਨਾਵਾਂ ਜ਼ਿੰਦਗੀ ਦੀਆਂ ਜਿਹੜੀਆਂ ਨਹੀਂ ਭੁੱਲਦੀਆਂ, ਉਹ ਮੈਂ ਕਦੇ ਨਹੀਂ ਭੁੱਲ ਸਕਦਾ। ਰਾਈਟ 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 ਰਾਈਟ, ਮਜ਼ਬੂਤ ਹੋਵੋ, ਇੱਕ ਮਜ਼ਬੂਤ ਯੋਧੇ ਦੇ ਸਪੁੱਤਰ ਹੋ, ਇਹ ਜਿਹੜੀਆਂ ਚੀਜ਼ਾਂ ਨੇ ਬੜਾ ਕੁਛ ਤੁਸੀਂ ਹੰਡਾਇਆ। ਸੋ ਦੋਸਤੋ, ਅੱਜ ਦਾ ਦਿਨ ਜਿਹੜਾ ਹੈ ਉਹ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡਾ ਅਤੇ ਇਤਿਹਾਸਕ ਵਰਤਾਰੇ ਦਾ ਜਿਹੜਾ ਹੈ ਇੱਕ ਦੁਖਾਂਤਕ ਦਿਨ ਹੈ, ਜਿਹੜਾ ਕਿ ਇਤਿਹਾਸ ਦੇ ਵਿੱਚ ਮੈਂ ਸਮਝਾਂਗਾ ਕਿ ਜਿਵੇਂ ਵਰੇ ਬੀਤਦੇ ਜਾਣਗੇ ਕਈ ਚੀਜ਼ਾਂ ਵਰਿਆਂ ਦੇ ਨਾਲ ਫਿੱਕੀਆਂ ਪੈਂਦੀਆਂ ਨੇ, ਪਰ ਸਿੱਖ ਇਤਿਹਾਸ ਦੇ ਵਿੱਚ ਅਜਿਹੇ ਜਿਹੜੇ ਗਰਜ ਵਾਲੇ ਦਿਨ ਨੇ, ਸਿੱਖ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਵਰੇ ਅੱਗੇ ਲੰਘਦੇ ਜਾਣਗੇ, ਇਹ ਦਿਨ ਜਿਹੜੇ ਨੇ ਔਰ ਇਹ ਵਰਿਆਂ ਦੇ ਨਾਲ ਹੋਰ ਗੂੜੇ ਜਿਹੜੇ ਨੇ ਉਹ ਹੁੰਦੇ ਜਾਣਗੇ। ਔਰ ਅੱਜ ਦੇ ਦਿਨ ਜਿੱਥੇ ਮੈਂ ਧੰਨਵਾਦ ਕਰਦਾ ਭਾਈ ਜਸਵਿੰਦਰ ਸਿੰਘ ਹੋਰਾਂ ਦਾ, ਔਰ ਉੱਥੇ ਮੈਂ ਉਹਨਾਂ ਤਮਾਮ ਜਿਹੜੇ ਕਿ 31 ਦੀ ਰਾਤ ਤੋਂ ਲੈ ਕੇ ਔਰ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਸਮੁੱਚੇ ਹਿੰਦੁਸਤਾਨ ਦੇ ਵਿੱਚ ਉਹ ਬੇਦੋਸ਼ੇ ਲੋਕ ਜਿਹੜੇ ਗਲੀਆਂ ਦੇ ਵਿੱਚ ਨਿਰਦੋਸ਼ ਕਤਲ ਕਰ ਦਿੱਤੇ ਗਏ, ਇਸ ਘਟਨਾਕ੍ਰਮ ਤੋਂ ਬਾਅਦ ਉਹਨਾਂ ਸਮੁੱਚੀਆਂ ਆਤਮਾਵਾਂ ਨੂੰ, ਉਹਨਾਂ ਸਮੁੱਚੀਆਂ ਰੂਹਾਂ ਨੂੰ ਜਿਹੜੇ ਕਿ ਇੱਕ ਜ਼ੁਲਮ ਦੀ ਭੇਟ ਚੜ੍ਹੇ, ਉਹਨਾਂ ਸਾਰਿਆਂ ਨੂੰ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ। ਔਰ ਭਾਈ ਸਾਹਿਬ ਜੀ, ਤੁਹਾਡਾ ਮੈਂ ਧੰਨਵਾਦ ਕਰਦਾ, ਔਰ ਜਿੱਥੇ ਮੈਂ ਸ਼ਰਧਾਂਜਲੀ ਭੇਟ ਕਰਦਾ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਰ ਸਿੰਘ ਹੋਰਾਂ ਨੂੰ ਔਰ ਉਹਨਾਂ ਸਮੁੱਚੀਆਂ ਵਿਛੜੀਆਂ ਆਤਮਾਵਾਂ ਨੂੰ, ਜਿਹੜੀਆਂ ਇਸ ਕਹਿਰ ਦੇ ਦੌਰ ਦੇ ਵਿੱਚ ਔਰ ਇਸ ਗਰਜ਼ ਦੇ ਦੌਰ ਦੇ ਵਿੱਚ ਇੱਕ ਕਾਲੇ ਅਧਿਆਏ ਦੇ ਵਿੱਚੋਂ ਇੱਕ ਇਤਿਹਾਸ ਦਾ ਉਹ ਵਰਕਾ ਸਿਰਜ ਗਈਆਂ ਜਿਸ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚੋਂ ਭੁਲਾਇਆ ਨਹੀਂ ਜਾ ਸਕਦਾ। ਜਿਹੜੇ ਭੈਣ ਭਰਾਵਾਂ ਨੇ ਕੋਈ ਵਿਚਾਰ ਹੋਰ ਪੇਸ਼ ਕਰਨੇ ਨੇ, ਈਮੇਲ ਵੀ riyad@justbroadcasting.com ਔਰ info@justbroadcasting.com, ਟਵਿੱਟਰ ਅਤੇ ਫੇਸਬੁੱਕ ਦੇ ਉੱਤੇ ਵੀ ਕਰ ਸਕਦੇ ਹੋ ਸੰਦੇਸ਼। ਇਜਾਜ਼ਤ ਦਿਓ, ਰੱਬ ਰਾਖਾ, ਬੁੱਧਵਾਰ ਨੂੰ ਫਿਰ ਇੱਕ ਨਵੇਂ ਵਿਸ਼ੇ ਦੇ ਉੱਤੇ ਤੁਹਾਡੇ ਹੋਣਗੇ ਦਰਸ਼ਨ। ਕੱਲ੍ਹ ਮੈਂ ਤੁਹਾਡੇ ਦਰਸ਼ਨ ਨਹੀਂ ਕਰ ਸਕਾਂਗਾ, ਸੋ ਅੱਜ ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।